ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਇਸ ਵੇਲੇ ਦੀ ਵੱਡੀ ਖਬਰ ਆ ਚੁੱਕੀ ਹੈ ਜੀ ਹੁਣੇ-ਹੁਣੇ ਪੰਜਾਬ ਬੋਰਡ ਵਿਦਿਆਰਥੀਆਂ ਦੇ ਲਈ ਕਰਤਾ ਜ਼ਰੂਰੀ ਐਲਾਨ ਹੋ ਜੋ ਤਿਆਰ। ਵੀਡੀਓ ਨੂੰ ਪੂਰੀ ਅੰਤ ਤੱਕ ਦੇਖ ਲਿਓ ਪੂਰੀ ਖਬਰ ਦਾ ਤੁਹਾਨੂੰ ਪਤਾ ਲੱਗ ਜਾਵੇਗਾ ਨਾਲ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਚਾਲੂ ਵਿਦਿਆਕ ਬਰੇ ਦੇ ਦੌਰਾਨ ਵਿਸ਼ਿਆਂ ਦੇ ਸਮੂਹ ਨੂੰ ਲੈ ਕੇ ਕੁਝ ਤਬਦੀਲੀਆਂ ਕੀਤੀਆਂ ਜਾਂਦੇ ਜਿਹਦੇ ਕਰਕੇ ਪਿਛਲੇ ਸਾਲ 11ਵੀਂ ਜਮਾਤ ਦੇ ਵਿੱਚ ਕੁਝ ਵਿਸ਼ੇਸ਼ ਵਿਸ਼ੇ ਪੜਨ ਵਾਲੇ ਵਿਦਿਆਰਥੀ ਸਿੱਖਿਆ ਬੋਰਡ ਦੇ ਇਸ ਫੈਸਲੇ ਦੇ ਨਾਲ 705 ਦੇ ਵਿੱਚ ਪੈ ਗਏ ਸਨ ਅਤੇ ਉਹਨਾਂ ਵਿਦਿਆਰਥੀਆਂ ਨੇ ਸੰਕਟ ਨੂੰ ਦੂਰ ਕਰਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਹ ਫੈਸਲਾ ਲਿਆ ਕਿ ਇਸ ਵਿਦੈਕ ਸਾਲ ਦੇ ਵਿੱਚ ਇਨ੍ਹਾਂ ਵਿਸ਼ੇਸ਼ ਵਿਸ਼ਿਆਂ ਵਾਲੇ ਵਿਦਿਆਰਥੀ ਉਹ ਵਿਸ਼ੇ ਇਕੱਠੇ ਪੜ੍ਹ ਸਕਣਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾਕਟਰ ਜੋਗਰਾਜ ਨੇ ਦੱਸਿਆ ਕਿ ਪਿਛਲੇ ਸਾਲ ਕਾਰਜਸ਼ੀਲ ਆਰਥਸ ਦੇ ਵਿੱਚ ਜਿੰਨਾ ਵਿਦਿਆਰਥੀਆਂ ਨੇ 11ਵੀਂ ਜਮਾਤ ਵਿੱਚ ਆਰਥ ਸ਼ਾਸਤਰ ਬਿਜ਼ਨਸ ਸਟੱਡੀਜ਼ ਅਤੇ ਕਾਊਂਟੈਂਸੀ ਵਿਸ਼ੇ ਇਕੱਠੇ ਪੜ੍ਹੇ ਹਨ ਤੇ ਹੁਣ ਉਹਨਾਂ ਦੇ ਪਾਸ ਹੋਣ ਤੋਂ ਬਾਅਦ 12ਵੀਂ ਜਮਾਤ ਵਿੱਚ ਦਾਖਲਾ ਲੈਤੇ ਉਹ 12ਵੀਂ ਜਮਾਤ ਵਿੱਚ ਵੀ ਆਪਣੇ ਪਹਿਲੇ ਵਾਲੇ ਵਿਸ਼ੇ ਇਕੱਠੇ ਪੜ੍ਹ ਸਕਣਗੇ ਤੇ ਡਾਕਟਰ ਜੋਗਰਾਏ ਨੇ ਦੱਸਿਆ ਹੈ ਕਿ 12ਵੀਂ ਜਮਾਤ ਦੇ ਲਈ ਬੋਰਡ ਨੇ ਵਿਸ਼ਿਆਂ ਦੇ ਸਮੇਲ ਨੂੰ ਲੈ ਕੇ ਕੁਝ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਉਹਨਾਂ ਨੇ ਕਿਹਾ ਕਿ ਇਹਨਾਂ ਨਵੀਆਂ ਹਦਾਇਤਾਂ ਦੇ ਅਨੁਸਾਰ 12ਵੀਂ ਜਮਾਤ ਵਿੱਚ ਐਸਸਟ੍ਰੀਮ ਦੇ ਵਿੱਚ ਉਪਰੋਕਤ ਤਿੰਨ ਵਿਸ਼ਿਆਂ ਵਿੱਚੋਂ ਵਿਦਿਆਰਥੀ ਕੋਈ ਵੀ ਇੱਕ ਵਿਸ਼ਾ ਹੀ ਲੈ ਕੇ ਪੜਾਈ ਕਰ ਸਕਦਾ ਹੈ